ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡਾ ਸਾਰਿਆਂ ਦਾ ਸਵਾਗਤ ਆ ਤੁਹਾਡੇ ਆਪਣੇ ਯੂਟਿਊਬ ਚੈਨਲ ਨਵ ਹੈਪੀ ਪੋਲਰ ਦੇ ਵਿੱਚ। ਅਤੇ ਉਮੀਦ ਕਰਦੇ ਹਾਂ ਸਾਰਿਆਂ ਨੇ ਠੀਕ ਠਾਕ ਹੋਵੋਗੇ। ਅਤੇ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਇੱਕ ਨਵੇਂ ਵਲੌਗ ਦੇ ਵਿੱਚ। ਅਤੇ ਪਿਛਲੇ ਕਾਫੀ ਦਿਨਾਂ ਤੋਂ ਮੈਸੇਜਸ ਕਮੈਂਟ ਆਉਣ ਡੇ, ਵਲੌਗ 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 ਕਿਉਂ ਨਹੀਂ ਪਾਉਂਦੇ, ਕੰਟੀਨਿਊ ਕਿਉਂ ਨਹੀਂ ਕਰਦੇ। ਯਾਰ ਪਤਾ ਜਾਈਦਾ ਤਾਂ ਕਿਤੇ ਨਾ ਕਿਤੇ ਰੋਜ਼ ਹੀ ਅਪਰੋਕਸ ਆਲਮੋਸਟ ਤੁਰੇ ਰਹੀਦਾ। ਤੁਹਾਨੂੰ ਇੱਕ ਦੋ ਵਲੌਗਾਂ 'ਚ ਪਹਿਲਾਂ ਵੀ ਦੱਸਿਆ ਕਿ ਬਸ ਠੀਕ ਆ ਜੋ ਵੀ ਆ, ਬਟ ਜਿੱਦਾਂ ਮੈਂ ਮੇਕ ਸ਼ੋਰ ਸਾਰੇ ਚੈਨਲ ਸਬਸਕ੍ਰਾਈਬ ਕਰ ਲਓ, ਪਹਿਰਾਵਾ ਬਾਏ ਹਮੂ, ਗਲੈਮ ਬਾਏ ਨਾਵ, ਇਹਨਾਂ ਦੋਨਾਂ ਨੂੰ ਫੋਲੋ ਕਰ ਲਓ ਜਿਹਨਾਂ ਨਹੀਂ ਕੀਤਾ ਹੋਇਆ। ਕਿ ਅੱਜ ਆਪਾਂ ਚੱਲੇ ਹਾਂ ਨਗਰ ਕੀਰਤਨ 'ਤੇ। ਵੈਸੇ ਤਾਂ ਬਰੈਂਪਟਨ ਦੇ ਵਿੱਚ ਨਾ ਹਰ ਇੱਕ 5-10 ਮਿੰਟ ਦੀ ਵਾਟ 'ਤੇ ਗੁਰਦੁਆਰਾ ਸਾਹਿਬ ਹੈਗੇ ਨੇ, ਹੈ ਨਾ, 5 ਮਿੰਟ ਅਤੇ 10 ਮਿੰਟ 'ਤੇ। ਬਟ ਅੱਜ ਜਿਹੜੇ ਗੁਰਦੁਆਰੇ ਸਾਹਿਬ ਨਗਰ ਕੀਰਤਨ, ਉਹ ਮਾਲਟਨ ਵਾਲਾ ਵੱਜਦਾ ਹੈ। ਮਾਲਟਨ ਇੱਕ ਸ਼ਹਿਰ ਕਹਿ ਲਓ, ਬਰੈਂਪਟਨ ਅਲੱਗ ਸ਼ਹਿਰ ਆ, ਮਾਲਟਨ ਅਲੱਗ ਸ਼ਹਿਰ ਆ। ਬਰੈਂਪਟਨ ਦੇ ਵਿੱਚ ਇਵੇਂ ਆ ਕਿ 5-5, 10-10 ਮਿੰਟ 'ਤੇ ਗੁਰਦੁਆਰਾ ਸਾਹਿਬ ਹੈਗਾ ਆ, ਅਤੇ ਉਹ ਮਾਲਟਨ ਦੇ ਵਿੱਚ ਆਈ ਥਿੰਕ ਸੋ 1 ਹੀ ਆ, ਹੈ ਨਾ, ਹੋਊਗੇ ਆਪਾਂ ਨੂੰ ਪਤਾ ਨਹੀਂ ਆ, ਮੇਬੀ ਹੋਣਗੇ। ਅਤੇ ਉੱਥੇ ਅੱਜ ਚੱਲਣੇ ਆ ਨਗਰ ਕੀਰਤਨ 'ਤੇ, ਨਾਲ ਦੇ ਯਾਰ ਦੋਸਤ ਆਉਂਦੇ ਨੇ। ਉਧਰ ਮੰਮੀ ਦੀ ਵੀ ਸੂਟ ਸਾਟ ਪਾ ਕੇ ਰੈਡੀ ਨੇ। ਸਤਿ ਸ਼੍ਰੀ ਅਕਾਲ ਮੰਮੀ ਜੀ, ਪੈਰੀ ਪੈਂਦੇ ਆ। ਅਤੇ ਮਿਲਦੇ ਹਾਂ, ਗਾੜੀ ਗਾੜੀ ਸਬਸਕ੍ਰਾਈਬ ਕਰਕੇ ਰੱਖੋ। ਅਤੇ ਅੱਜ ਤੁਹਾਨੂੰ ਦਿਖਾਉਂਦੇ ਹਾਂ ਬਰੈਂਪਟਨ ਦਾ ਨਗਰ ਕੀਰਤਨ। ਸੋ ਬੇਸ਼ੱਕ ਆਪਾਂ ਨੂੰ, ਹੈ ਨਾ, ਜਿੰਨੇ ਜਾਣੇ ਹੁੰਦੇ ਆ ਆਲਮੋਸਟ, ਮੈਂ ਇਹ ਨਹੀਂ ਕਹਿੰਦਾ ਕਿ ਅਸੀਂ ਕੋਈ ਜ਼ਿਆਦਾ ਜਾਣੇ ਸਾਡਾ ਵਲੌਗ ਦੇਖਦੇ ਨੇ, ਬਟ ਕਹਿ ਲਓ ਕਿ ਜੇ ਇਕੱਠ ਦੇ ਵਿੱਚ 100 ਬੰਦਾ ਆ ਤਾਂ ਉਹਨਾਂ ਵਿੱਚੋਂ ਅਪਰੋਕਸ ਕੋਈ 70 ਕੁ ਤਾਂ ਬੰਦੇ ਆਪਣੇ ਜਿਹੜੇ ਪੰਜਾਬੀ ਹੁੰਦੇ ਨੇ, ਇੱਦਾਂ ਦੇ ਹੁੰਦੇ ਨੇ ਜਿਹੜੇ ਵਲੌਗਸ ਦੇਖਦੇ ਹੁੰਦੇ ਨੇ। ਪਰ ਫਿਰ ਵੀ ਅਸੀਂ ਕੈਮਰਾ ਬਾਹਰ ਜ਼ਿਆਦਾ ਫੜ ਕੇ ਕੰਫਰਟ ਨਹੀਂ ਹੁੰਦੇ, ਬਟ ਚਲੋ ਟਰਾਈ ਕਰਾਂਗੇ ਕਿ ਤੁਹਾਨੂੰ ਜਿਹੜੇ ਪੰਜਾਬ 'ਚ ਬੈਠੇ ਉਹਨਾਂ ਨੂੰ ਕਨੇਡਾ ਦਾ ਨਗਰ ਕੀਰਤਨ ਦਿਖਾ ਸਕੀਏ। ਵੈਸੇ ਤਾਂ ਅਸੀਂ ਲੇਟ ਹਾਂ, ਸਿਰਫ ਮੁੰਡਿਆਂ ਕਰਕੇ, ਉਹਨਾਂ ਕਰਕੇ ਲੇਟ ਹੋ ਗਏ। ਇੱਕ ਮੇਰਾ ਯਾਰ ਦੋਸਤ ਆ ਮੱਲਾਂ ਵਾਲੇ ਤੋਂ ਹੀ, ਉਹਦੀ ਵੀ ਫੈਮਿਲੀ ਆਈ ਹੋਈ ਆ, ਮੰਮਾ ਆਏ ਹੋਏ ਨੇ ਉਹਦੇ ਵੀ, ਉਹਨਾਂ ਕਰਕੇ ਅਸੀਂ ਕਦੋਂ ਦੇ ਤਿਆਰ ਖੜੇ ਹਾਂ, ਬਸ ਆ ਗਏ ਆਹ ਆ ਗਏ ਕਰੀ ਜਾਂਦੇ, ਉਹਨਾਂ ਕਰਕੇ ਲੇਟ ਹਾਂ। ਚਲੋ ਫਿਰ ਵੀ ਜੋ ਵੀ ਹੋਇਆ ਮਾੜਾ ਮੋਟਾ ਦੇਖਦੇ ਹਾਂ। ਚੱਲੇ ਬੂਆ ਕੀ ਲੜਕੀ, ਸਾਰਿਆਂ ਨੂੰ ਪਤਾ ਹੀ ਆ, ਉਹ ਕਹਿੰਦੇ ਮੈਂ ਕੌਣ ਆ, ਮੈਂ ਕਿਹਾ ਇਹ ਸਾਰਿਆਂ ਨੂੰ ਪਤਾ ਹੀ ਆ। ਦੋਸਤ ਵੀ ਆ ਗਏ, ਆਂਟੀ ਜੀ ਵੀ ਆ ਗਏ, ਮੈਨੂੰ ਲੱਗਦਾ 5 ਮਿੰਟ ਤੱਕ ਪਹੁੰਚਦੇ ਆ ਤੇ ਆਪਾਂ ਵੀ ਨਿਕਲਣ ਲੱਗੇ ਆ। ਮੈਂ ਥੱਲੇ ਵਾਲੀ ਦੀਦੀ ਨਾਲ ਗੱਲੀ ਲੱਗ ਗਏ। ਬੜੇ ਲੇਟ ਆ ਸਾਰੇ, ਕਿਤੇ ਪਾਰਕਿੰਗ ਫੁੱਲ ਸੰਗਤ ਕਰੇ ਵਾਪਸ ਜਾਈ ਜਾਂਦੀ ਆ ਅਤੇ ਆਈ ਜਾਂਦੇ ਆ, ਪਰ ਪਾਰਕਿੰਗ ਹਜੇ ਤੱਕ ਨਹੀਂ। ਨਹੀਂ ਟਿਕਟਾਂ ਬੜੀਆਂ ਬਣਦੇ ਹੁੰਦੇ ਭਰਾ। ਹਾਂ ਇਹ ਜੀ ਦਾ ਮੌਕਾ ਲੱਭਦਾ ਹੀ ਆ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਅਤੇ ਵੈਲਕਮ ਬੈਕ। ਮੈਨੂੰ ਲੱਗਦਾ ਇੱਕ ਨਵੇਂ ਦਿਨ ਦੇ ਵਿੱਚ ਵਲੌਗ ਸੇਮ ਹੀ ਆ, ਤਾਂ ਕਰਕੇ ਮੈਂ ਕੱਪੜੇ ਵੀ ਸੇਮ ਪਾਏ ਆ। ਮੈਂ ਉਸ ਦਿਨ ਅਸੀਂ ਵਲੌਗ ਤਾਂ ਸ਼ੁਰੂ ਕੀਤਾ ਸੀ, ਅਤੇ ਪਰ ਅਸੀਂ ਮੈਨੂੰ ਲੱਗਦਾ ਬਣਾਇਆ ਨਹੀਂ। ਉਦੋਂ ਬਾਅਦ ਮੈਂ ਦੇਖ ਰਿਹਾ ਸੀ, ਬਸ 1-2 ਕਲਿੱਪਾਂ ਪਈਆਂ ਨੇ ਮੇਰੇ ਕੋਲ, ਉਹ ਵੀ ਮੈਂ ਸਟੋਰੀਆਂ ਪਾਈਆਂ ਸੀ ਮੇ ਬੀ, ਜਾਂ ਘਰ ਭੇਜਣ ਲਈ ਸ਼ੂਟ ਕੀਤੀਆਂ ਸੀ ਉੱਧਰ ਡੈਡੀ ਹੋਣਾਂ ਨੂੰ ਸ਼ਾਇਦ, ਅਤੇ ਉਹਨਾਂ 'ਚ ਵੋਇਸ ਓਵਰ ਕਰਕੇ ਮੈਂ ਪਾਉਣ ਲਿਆ। ਅਤੇ ਉਸ ਤੋਂ ਬਾਅਦ ਅੱਜ
ਸਵੱਬ ਜਿਹਾ ਬਣਦਿਆ ਸੀ ਥੋੜ੍ਹਾ ਵਲੋਗ ਬਣਾਉਣ ਦਾ, ਮਤਲਬ ਸਵੱਬ ਕੀ ਇੱਦਾਂ ਸੀ ਕਿ ਆਪਾਂ ਪਿਛਲਾ ਵਲੋਗ ਸਟਾਰਟ ਕੀਤਾ ਸੀ ਅਤੇ ਉਹ ਐਂਡ ਨਹੀਂ ਕੀਤਾ, ਖਤਮ ਨਹੀਂ ਕੀਤਾ, ਜੇ ਸ਼ੁਰੂ ਕੀਤਾ ਜਾਂ ਤੁਹਾਨੂੰ ਕੁਛ ਕਰ ਲਈਏ ਅਤੇ ਦੱਸਦੇ ਹਾਂ ਘੜੀ ਘੜੀ ਕਿੱਥੇ ਚੱਲੇ ਹਾਂ, ਕੀ ਹਿਸਾਬ ਕਿਤਾਬ ਆ, ਸਾਰਾ ਕੁਛ ਦੱਸਦੇ ਹਾਂ ਤੁਹਾਨੂੰ। ਇਹਦਾ ਬਸ ਮੈਂ ਇੱਕ ਛੋਟੀ ਜਿਹੀ ਇੰਟਰੋ ਦੇਣ ਆਇਆ ਕਿ ਇੱਕ ਨਵੇਂ ਦਿਨ ਦੇ ਵਿੱਚ ਸਵਾਗਤ ਆ, ਤਾਂ ਹੀ ਮੈਂ ਕੱਪੜੇ ਵੀ ਸੇਮ ਹੀ ਪਾਏ। ਮੈਂ ਕਿਹਾ ਕੱਪੜੇ ਸੇਮ ਹੀ ਰੱਖੀ ਉੱਧਰ ਵਾਲੇ, ਵਲੋਗ ਸੇਮ ਆਦੇ ਅਤੇ ਬਟ ਉਹ ਵਲੋਗ ਬਣੇ ਨੂੰ 4-5 ਦਿਨ ਹੋ ਗਏ ਨੇ ਅਤੇ ਆਈ ਥਿੰਕ ਸੋ ਜਦੋਂ ਤੱਕ ਤੁਹਾਨੂੰ ਇਹ ਵਲੋਗ ਮਿਲਣਾ 2 ਦਿਨ ਇਹ ਹੋਊਗਾ, ਮਤਲਬ ਹਾਂ ਕੱਲ੍ਹ ਨਹੀਂ ਕੱਲ੍ਹ ਤੱਕ ਆ ਜੂਗਾ ਇਹ ਵਲੋਗ ਤਾਂ। ਅਤੇ ਚਲੋ ਮਿਲਦੇ ਹਾਂ ਗਾੜੀ ਗਾੜੀ ਯਾਰ। ਹੁਣੇ ਮੈਂ ਆਇਆ ਸੀ ਕੰਮ, ਗਿਆ ਸੀ ਕੰਮ ਤੋਂ ਆ ਕੇ, ਬਸ ਜਲਦੀ ਜਲਦੀ ਨਹਾ ਧੋ ਕੇ ਅਤੇ ਰੈਡੀ ਹੋ ਗਏ ਹਾਂ। ਹੁਣ ਨਵਦੀਪ ਨੂੰ ਸਿੱਧਾ ਕੰਮ ਤੋਂ ਚੱਕਣਾ ਆ, ਮੈਂ ਅਤੇ ਮੰਮੀ ਤਿਆਰ ਹੋ ਗਏ, ਮੰਮੀ ਵੀ ਤਿਆਰ ਹੋਣ ਡਿਆ ਅਤੇ ਫਿਰ ਆਪਾਂ ਸਿੱਧਾ ਚੱਲਦੇ ਹਾਂ ਕਿਚਨਰ। ਦੱਸ ਦਿਓ ਸੌਦਾ ਪੱਤਾ ਆਪਣਾ ਨਾਲ ਹੀ ਹੁੰਦਾ ਆ, ਮੰਮੀ ਵੀ ਚੱਕੀ ਲਿਆਉਣ ਡਿਆ ਸੌਦਾ ਪੱਤਾ। ਚਲੋ ਭਾਈ ਇੱਕ ਆਪਣੀਆਂ ਇੰਡੀਆ 'ਚ ਆਦਤਾਂ ਵਿਗੜੀਆਂ ਹੁੰਦੀਆਂ, ਮੰਮੀ ਨੇ ਰੋਜ਼ ਕਹਿਣਾ ਪੈਂਦਾ ਮੰਮੀ ਸੀਟ ਬੈਲਟ। ਇੰਡੀਆ ਦੀ ਮੈਂ ਧੱਕੇ ਨਾ, ਮੈਂ ਪਹਿਲਾਂ ਮੈਂ ਵੀ ਨਹੀਂ ਲਾਉਂਦਾ, ਜਦੋਂ ਮੈਂ ਕੈਨੇਡਾ ਤੋਂ ਹੋ ਕੇ ਵਾਪਸ ਗਿਆ ਆਦਤੀ ਇੰਨੀ ਕੁ ਬਣ ਗਈ, ਆਟੋਮੈਟਿਕਲੀ ਹੱਥ ਆ ਜਾਂਦਾ ਸੀ ਤਾਂ ਲਾਉਣੀਆਂ ਜ਼ਰੂਰੀ ਆ। ਅੱਜ ਮੈਂ ਮੁੰਡੇ ਨਾਲ ਗੱਲ ਕਰਨ ਡਿਆ, ਮੰਮੀ ਜਿਵੇਂ ਆਪਣੇ ਨਹੀਂ ਇੱਥੇ ਮੈਂ ਦਾਦਾ ਟਿਕਟਾਂ ਦਿੰਦੇ ਆ ਕਿ ਟਿਕਟ ਦੇ ਜਾਂਦੇ ਸਪੀਡ ਦੀ ਟਿਕਟ ਪਾਰਕਿੰਗ ਦੀ, ਉਹਨੇ ਲਾ ਜਾਂਦੇ ਆ ਕਿ ਤਾਰ ਤੋਂ ਚਲਾਣ, ਫਿਰੋਜ਼ ਪਰ ਆਪਣੇ ਮੁੰਡੇ ਨੇ ਇੱਕ ਸਪੀਡ ਦੀ ਟਿਕਟ ਮਿਲੀ ਫਿਰੋਜ਼ਪੁਰ ਦੇ ਵਿੱਚ, ਟਿਕਟ ਦਿੱਤੀ ਨਾਲੇ ਉਹ ਵੀ ਜਿਵੇਂ ਇੱਥੇ ਟਿਕਟਾਂ ਨਹੀਂ ਆਪਣੇ ਦੇ ਦਿੰਦੇ, ਲਾਈਕ ਟਿਕਟ ਉਹਨੂੰ ਸਲਿੱਪ ਜੀ ਹੁੰਦੀ ਆ ਇੱਥੇ ਉਹਨੂੰ ਟਿਕਟ ਕਹਿ ਦਿੰਦੇ ਆ, ਕੰਟਰੋਲ ਹੋ ਜਾਏਗਾ। ਤੇ ਮੁੰਡੇ ਨੂੰ ਸਪੀਡ ਦੀ ਟਿਕਟ ਮਿਲੀ 5000 ਦੀ, ਸਹੀ ਆ, ਹੋਣਾ ਵੀ ਚਾਹੀਦਾ। ਉੱਥੇ ਨਹੀਂ ਪਤਾ ਲੱਗਦਾ ਹਨਾ ਜਦੋਂ ਆਪਾਂ ਕਿਸੇ ਇਦਾਂ ਬਾਹਰਲੇ ਦੇਸ਼ 'ਚ ਜਾਂਦੇ ਆ, ਇੱਥੋਂ ਜਦੋਂ ਨਹੀਂ ਉਹਨੇ ਤੇਜ਼ ਚਲਾਈ ਤੇ ਕਰ ਤੇਜ਼ ਚਲਾਈ ਸੀ, ਸਾਲ ਦੀ ਡਰਾਈਵਿੰਗ ਕਰਕੇ ਹਨਾ ਮੈਨੂੰ ਤਾਂ ਗੁੱਸਾ ਆਉਂਦਾ ਸੀ, ਮੈਂ 2 ਮਹੀਨੇ ਗਾਲਾਂ ਕੱਢਦੇ ਨਹੀਂ, ਗੱਲ ਕਰ ਲਾ ਉਹਨੂੰ, ਕਰ ਲਾ ਯੇ ਕਰ ਲਾ ਵੋ ਕਰ ਲਾ, ਬਸ ਇਹ ਕੁਛ। ਸੋ ਥੋੜ੍ਹਾ ਰੂਲ ਦੇ ਵਿੱਚ ਰਹਿ ਕੇ ਚੱਲੀਏ ਚੰਗੀ ਗੱਲ। ਕਿਉਂ ਮੰਮੀ ਜਾਣ, ਇੱਥੇ ਰੂਲ ਤਾਂ ਵਧੀਆ ਨਾ, ਹੋਰ ਭਾਵੇਂ ਕੁਛ ਨਹੀਂ ਹੈ ਯਾ ਬੇਟ। ਮੰਮੀ ਹੁਣ ਆ ਗਈ ਸਮਝ ਗਈ, ਹੋਰ ਕੁਛ ਹੈ ਨਹੀਂ, ਜਦੋਂ ਨਵੀਂ ਨਵੀਂ ਆਈ ਉਦੋਂ ਤਾਂ ਕਹਿੰਦੀ ਹੈ ਹੀ ਬੜਾ ਕੁਛ ਇੱਥੇ, ਸਟੇਟਮੈਂਟ ਛੇਤੀ ਚੇਂਜ ਨਹੀਂ ਹੋ ਗਈ ਮੰਮੀ ਜਾਣ। ਰੂਲ ਤੇ ਚਲ ਰੂਲ ਤਾਂ ਹੈਗੇ ਨੇ, ਇਹ ਨਹੀਂ ਹੈਗਾ ਕੋਈ ਗੱਡੀ ਨੰਗਾ ਲੇਗਾ ਤੇਰੇ ਗਣ ਦੇ, ਹੁਣ ਖਲੋਤਾ ਨਹੀਂ ਤੇ ਖਲੋਣਾ ਸੀ ਤੁਸੀਂ, ਸਾਰੇ ਲਿਆ ਲੈ ਗਏ ਵਿੱਚ ਵਾੜ ਦਿੰਦੇ, ਫਿਰ ਮੈਂ 20-10 ਦਿਨ ਉਦੋਂ ਚੱਲਿਆ, ਫਿਰ ਮੈਂ ਉਹੀ ਪੁਰਾਣੇ ਲੱਛਣਾਂ ਤੇ ਆ ਗਿਆ। ਪਰ ਨਹੀਂ ਮੈਂ ਪੂਰਾ ਨੀ ਨਾ ਆਇਆ, ਮੈਂ ਫਿਰ ਵੀ 50% ਹੀ ਰਿਹਾ, ਫਿਰ ਉਹ ਲੋਕੀ ਉੱਥੇ ਸਬਰ ਹੀ ਨੀ ਕਰਦੇ, ਕਿੰਨੇ ਕੁ ਨੂੰ ਲੜੀ ਜਾਵੇ ਬੰਦਾ, ਰੋਟੀ ਉੱਤੇ ਨਾ ਬੈ ਦੀ ਸਿੱਧੀ ਰੱਖ ਸਿੱਧੀ, ਉਹ ਸਬਜ਼ੀ ਸੁਬਜ਼ੀ ਰੁੜ ਜਾਣੀ, ਡੱਬਾ ਮਿਲਿਆ ਵਿੱਚ ਤੇਰੀ ਵੀ ਹੈ ਨਾ ਆਵੇ, ਲੈ ਤੇ ਖਾਣੀ ਨੀ ਉਹ। ਚਲੋ ਜੀ ਇਹ ਕੇ ਮਾਂ ਦੀ ਧੀ ਨਹੀਂ ਰੱਜਦੀ, ਚਲ ਮਿੱਠੀਆ ਇੰਡੀਆ ਚ ਇਹ ਨੀ ਆ ਰਹੇ, ਬਾਹਰ ਖਲੋਤੇ ਖਲੋਤੇ ਕਹਿ ਦੀ ਤਾਂ ਭਾਈ ਇੰਨੇ ਨਾ ਪਾ ਦੇ ਹੈ ਨਾ, ਪਾ ਦਿੰਦੇ ਵਧੀਆ ਆ, ਕਿਸੇ ਨੂੰ ਰੁਜ਼ਗਾਰ ਵੀ ਮਿਲਦਾ ਆ, ਇਸ ਚੀਜ਼ ਦਾ ਰੁਜ਼ਗਾਰ ਵੀ ਖੁੱਸਦਾ ਉੱਥੇ। ਮਾੜੇ ਜਿਹੇ ਲੰਮੇ ਸਫ਼ਰ 'ਤੇ ਆਉਣਾ ਜਾਣਾ ਹੋਵੇ ਟਿਮ ਜ਼ਰੂਰੀ ਆ। ਇਹਨਾਂ ਵਿਚਾਰੀ ਪਹਿਲੇ ਦਿਨ ਕੁੜੀ ਕੰਮ 'ਤੇ ਲੱਗਦਾ ਆਈ ਸੀ, ਉਹਨੂੰ ਆਰਡਰ ਨਹੀਂ ਪਹਿਲਾਂ ਲੈਣਾ ਹੈ ਕੌਫੀ ਕਿਹੜੀ ਮੰਗੀ ਹੈ, 2-3 ਵਾਰ ਉਹਨੇ ਪੁੱਛਿਆ, ਫਿਰ ਉਹਨੂੰ ਬਣਾਉਣੀ ਨਾ ਆਵੇ, ਅਤੇ ਜਿਹੜੀ ਕੁੜੀ ਨੂੰ ਉਹਨੇ ਪੁੱਛਿਆ ਨਾ
ਕਹਿੰਦੀ ਤੈਨੂੰ ਉਦਣ ਦੱਸਿਆ ਤਾਂ ਸੀਗਾ ਆਹ ਪਾ ਕੇ ਬਣਾ ਇੱਦਾਂ ਉਦਾਂ ਬਸ ਮਾੜਾ ਦੱਸਿਆ ਦੂਜੀ ਵਾਰ ਇਹਨੇ ਫਿਰ ਪੁੱਛਿਆ ਕੁਛ ਪੁੱਛਿਆ ਹੁਣ ਆਇਆ ਨੀ ਹਨਾ ਕਹਿੰਦੀ ਆਪੇ ਕਰ ਤੈਨੂੰ ਮੈਂ ਦੱਸਿਆ ਸੀ ਉਹਨੇ ਵਿਚਾਰੀ ਨੇ ਬਣਾ ਕੇ ਇੰਨਾ ਨੀ ਗੀ ਹਨਾ ਕਿ ਵਿਚਾਰੀ ਦੀ ਹਾਲਤ ਕਿੰਨੀ ਨਵੀਂ ਆ ਤੇ ਦੂਜੀ ਗੱਲ ਇੱਕ ਮਿੰਟ ਇੱਕ ਮਿੰਟ ਆਹ ਕਲਰ ਅਸੀਂ ਜਿੰਨੀ ਵਾਰੀ ਆਰਡਰ ਕੀਤੀ ਹੈ ਨਾ ਹੇਜ਼ਲ ਨਟ ਇਦਾਂ ਦਾ ਨਹੀਂ ਹੁੰਦਾ ਚਾਰੀ ਇੱਕ ਹਨਾ ਉਹ ਨਹੀਂ ਕੋਲਣ ਵਾਲੀ ਆ ਕੋਲਣ ਵਾਲੀ ਆ ਬਟ ਜਿਵੇਂ ਵੀ ਆ ਹਨਾ ਚਲੋ ਉਹ ਡਰੀ ਡਰੀ ਨੇ ਉਹਨੇ ਵਿਚਾਰੇ ਨੂੰ ਦਿੱਤੀ ਜਦੋਂ ਕਾਫੀ ਡਾਈ ਨੇ ਤਾਂ ਕੱਕੇ ਨੂੰ ਵੀ ਡਿੱਗ ਪਿਆ ਯਾਰ ਸਾਨੂੰ ਆਪ ਨੂੰ ਲੱਗਾ ਕਿ ਮੇਰੇ ਹੌਸਲਾ ਦੇਈਏ ਪਰ ਨਹੀਂ ਅਸੀਂ ਕੁਛ ਨਹੀਂ ਕਿ ਨਾਰਮਲ ਹਨਾ ਤੇ ਜਿਵੇਂ ਵੀ ਆ ਤੇ ਉਹਨੇ ਟੱਕਣ ਲਾ ਕੇ ਫਿਰ ਫੜਾਤਾ ਹੀ ਆ ਗਏ ਆ ਕੀ ਮਤਲਬ ਇਹ ਗੱਲ ਦੱਸਣਾ ਮਤਲਬ ਇਹ ਆ ਜਿਵੇਂ ਨਾਲ ਦੀ ਕੁੜੀ ਉਹਨੂੰ ਹਨਾ ਨਹੀਂ ਠੀਕ ਆ ਇੱਕ ਵਾਰੀ ਤਾਂ ਹੈਲਪ ਕੀਤੀ ਪਰ ਚੱਲ ਵਿਚਾਰੇ ਨਵੇਂ ਨਵੇਂ ਜਿਹੜੇ ਹੁੰਦੇ ਆ ਹੈਲਪਫੁਲ ਕਰਿਆ ਕਰੋ ਕੁਛ ਨਹੀਂ ਵਿਚਾਰੇ ਨੇ ਮਸਾ ਕੰਮ ਲੱਭਿਆ ਉਹਨੇ ਮਸਾ ਬਣਾ ਕੇ ਦਿੱਤੀ ਉਹਨੂੰ ਸਮਝ ਨਾ ਲੱਗੇ ਕੰਮ ਲੱਗਿਆ ਪਿਆ ਸੀ ਉਹਨੂੰ ਅੱਜ ਹੀ ਕਿਚਨ ਜਾਣਾ ਰੋਟੀ ਪਾਣੀ ਖਾ ਲੈਣਾ ਉਹ ਫਿਰ ਦੱਸਦੇ ਆ ਕਿਹੜੀ ਗੱਲੋਂ ਜਾਣਾ ਕੀ ਸਕਤਾ ਵਾ ਕੈਮਰਾ ਪਤਾ ਨਹੀਂ ਸਾਫ ਆ ਕਿ ਨਹੀਂ ਦਿਸਦਾ ਨਹੀਂ ਪਿਆ ਪਰ ਬਈ ਕੋਲੀ ਹੈ ਨਾ ਸਵਾਦ ਬਣਾਈ ਆ ਕੁੜੀ ਨੇ ਬੇਸ਼ੱਕ ਡਰ ਦੇ ਵਿੱਚ ਬਣਾਈ ਆ ਜਿਵੇਂ ਵੀ ਬਣਾਈ ਉਹ ਵਿਚਾਰੀ ਦੀ ਸ਼ਕਲ ਵੇਖ ਕੇ ਪਤਾ ਲੱਗਦਾ ਸੀਗਾ ਕਿਉਂਕਿ ਮੈਂ ਵੀ ਉਹਨਾਂ 'ਚ ਆਈ ਹਾਂ ਜਦੋਂ ਵੇਖ ਕੇ ਕਿਸੇ ਨੂੰ ਹੜਬੜਾ ਜਾਣਾ ਕੋਈ ਸਮਝ ਨਹੀਂ ਉਹਨਾਂ ਤੋਂ ਅਗਲੇ ਨੇ ਨਹੀਂ ਕੁਛ ਦੱਸਣਾ ਹੈ ਨਾ ਅਤੇ ਬੰਦਾ ਘਬਰਾ ਜੇ ਜਾਂਦਾ ਉਹੀ ਹਾਲ ਉਹਦਾ ਸੀਗਾ ਅਤੇ ਇਹ ਕੋਲੀ ਮੈਨੂੰ ਲੱਗਦਾ ਪਹਿਲਾਂ ਆਪਾਂ ਨੂੰ ਘੋਲ ਘੋਲ ਕੇ ਫੜਾਉਂਦੇ ਨੇ ਤਾਂ ਹੀ ਮੈਨੂੰ ਪਤਾ ਨਹੀਂ ਚੱਲਿਆ ਕਿ ਇਹ ਰੰਗ ਹੀ ਮੈਨੂੰ ਤਾਂ ਲੱਗਾ ਸ਼ੈਰੀ ਨੇ ਦੁੱਧ ਹੀ ਨਹੀਂ ਪਾਇਆ ਕਿਤੇ ਵਿੱਚ ਇਕੱਲੀ ਕਰੀਮ ਜੀ ਪਾਤੀ ਅਤੇ ਪਰ ਨਹੀਂ ਬਈ ਸਵਾਦ ਆ ਕੜਕ ਕੜਕ ਕੌਫੀ ਬਣਾਈ ਆ ਰੋਟੀਆਂ ਚੱਲ ਰਹੀਆਂ ਪਨੀਰ ਦੀ ਭੁਰਜੀ ਨਾਲ ਰੋਟੀ ਆ ਮੇਰੀ ਰੋਟੀ ਵਰਕ ਪਰਮਿਟ ਕਨਵਰਟ ਕਰਵਾ ਲੈਂਦਾ ਸੀ ਉਹ ਚੀਜ਼ ਬੰਦ ਹੋ ਗਈ ਆ ਬੰਦ ਕਿਵੇਂ ਹੋ ਗਈ ਆ ਵਰਕ ਪਰਮਿਟ ਤਾਂ ਬੰਦ ਕਰਤਾ ਹਨਾ ਕਿ ਅੱਗੇ ਆਨਲਾਈਨ ਇਹਨਾਂ ਨੇ ਕੋਵਿਡ ਦੇ ਵਿੱਚ ਆਈ ਥਿੰਕ ਸੋ ਕੀਤਾ ਸੀ ਸ਼ੁਰੂ ਇਹ ਚੀਜ਼ ਜਦੋਂ ਕੋਵਿਡ ਦੇ ਵਿੱਚ ਲੋਕੀ ਇੱਥੇ ਆਏ ਸੀ ਤੇ ਇੱਥੇ ਆ ਕੇ ਨਾ ਸਟੱਕ ਹੋ ਗਏ ਸੀ ਜਿਹੜੇ ਵਿਜ਼ਟਰ ਆਏ ਸੀ ਘੁੰਮਣ ਫਿਰਨ ਆਏ ਸੀ ਫਲਾਈਟਾਂ ਬੰਦ ਸੀ ਉਦੋਂ ਇਹਨਾਂ ਨੇ 5 ਸਾਲ ਦੇ ਲਈ ਮੈਨੂੰ ਲੱਗਦਾ ਇਹ ਰੂਲ ਕੱਢਿਆ ਸੀ ਸ਼ਾਇਦ ਜਿਹੜੇ ਵਿਜ਼ਟਰ ਆ ਉਹ ਇੱਥੇ ਆ ਕੇ ਆਨਲਾਈਨ LMI ਜੇ ਕਿਸੇ ਨੂੰ ਮਿਲਦੀ ਆ ਤਾਂ ਕਲੋਜ਼ ਵਰਕ ਪਰਮਿਟ ਲੈ ਸਕਦੇ ਇੱਕ ਉਹਦੇ ਥਰੂ ਕੰਮ ਕਰ ਸਕਦੇ ਆ ਅਤੇ ਉਹ 5 ਸਾਲ ਵਾਲੀ ਸੀ 5 ਸਾਲ ਆਈ ਥਿੰਕ ਸੋ ਅਗਲੇ ਸਾਲ ਜਾ ਕੇ ਹੋਣਾ ਸੀ ਅਤੇ ਇਹਨਾਂ ਨੇ ਰਾਤੋਂ ਰਾਤ ਹੀ ਅਨਾਊਂਸ ਕਰਤਾ ਕਿ ਬਸ ਉਹ ਚੀਜ਼ ਖਤਮ ਕਹਿੰਦੇ ਤੁਸੀਂ ਲਿਆ ਸਕਦੇ ਆ ਬਾਰਡਰ ਤੋਂ ਜਾ ਕੇ ਲੈ ਆਓ ਤੇ ਉਹਦੇ ਬਾਰਡਰ ਤੇ ਬਹੁਤ ਵੱਡੀਆਂ ਵੱਡੀਆਂ ਲਾਈਨਾਂ ਲੱਗੀਆਂ ਹੋਣਗੀਆਂ ਆਨਲਾਈਨ ਇਵੇਂ ਹੁੰਦਾ ਸੀ ਕਿ ਆਪਾਂ ਨੂੰ ਚਾਂਸ ਹੁੰਦੇ ਸੀ ਕਿ ਠੀਕ ਆ ਪ੍ਰੂਵ ਹੋ ਹੀ ਜਾਣਾ ਵਰਕ ਪਰਮਿਟ ਵਿਜ਼ਟਰ ਵਾਲਿਆਂ ਦਾ ਹਨਾ LMI ਵਿੱਚ ਅਤੇ ਉਹ ਜਿਹੜੇ ਉੱਥੇ ਕੁਸ਼ਚਨਿੰਗ ਬਹੁਤ ਕਰਦੇ ਆਫਿਸਰ ਮਾੜਾ ਜਿਹਾ ਵੀ ਇਹਨਾਂ ਨੂੰ ਲੱਗਾ ਨਾਲ ਦੀ ਨਾਲ ਰਿਫਿਊਜ਼ਲ ਇੱਕ ਤਾਂ ਉੱਥੇ ਬੜੀਆਂ ਤਗੜੀਆਂ ਤਗੜੀਆਂ ਲਾਈਨਾਂ ਮਤਲਬ ਕਿ ਇਹ LMI ਵਾਲਾ ਕੰਮ ਹੁੰਦਾ ਸਾਰਾ 2 ਨੰਬਰ ਦਾ ਹੀ ਹੈ ਅਤੇ ਉੱਥੇ ਤਾਂ ਉਹੀ ਬੰਦਾ ਜਾਊਗਾ ਜਿਹੜਾ ਪੂਰਾ ਹੀ 1 ਨੰਬਰ 'ਤੇ ਚੱਲ ਕੇ ਚੱਲਣ ਡਿਆ 2 ਨੰਬਰ 'ਚ ਖਰੀਦਣ ਡਿਆ ਵੇਚਣ ਡਿਆ ਸਾਰਾ ਕੁਛ ਕਰਨ ਡਿਆ LMI ਦਾ ਜੋ ਸਿਸਟਮ ਚੱਲਦਾ ਪਿਆ ਅਤੇ ਇੱਕ ਤਾਂ ਉਹ ਚੀਜ਼ ਉਹਨਾਂ ਬੰਦ ਕਰਤੀ ਅਤੇ ਫਿਰ ਦੂਜੀ ਆਪਸ਼ਨ ਹੁੰਦੀ ਸੀ ਕਿ ਅਸੀਂ ਵਿਜ਼ਟਰ ਆ ਕੇ ਸਟੱਡੀ ਕਨਵਰਟ ਕਰਵਾ ਸਕਦੇ ਹਾਂ ਸਟੱਡੀ ਦਾ ਵੀ ਨਾ ਮੈਨੂੰ ਪ੍ਰੋਪਰ ਨਹੀਂ ਪਤਾ ਮੈਂ ਪਹਿਲਾਂ ਦੱਸਦਾ ਮੈਂ ਏਜੰਟ ਨਹੀਂ ਹੈਗਾ ਮੈਨੂੰ ਜਿੰਨਾ ਕੁ ਮੇਰੀ ਨੌਲੇਜ 'ਚ ਹੈਗਾ ਆ ਸਟੱਡੀ ਦਾ ਐਵੇਂ ਕਰਤਾ ਕਿ ਮੈਨੂੰ ਲੱਗਦਾ ਜਿਹੜੇ ਵਿਜ਼ਟਰ ਆਉਂਦੇ ਸੀ ਇਹਨਾਂ ਨੂੰ ਸਿਰਫ ਪ੍ਰਾਈਵੇਟ ਕਾਲਜ ਹੀ ਅਸੈਪਟ ਕਰਦੇ ਸੀ ਗੌਰਮੈਂਟ ਕਾਲਜ ਪਤਾ ਨਹੀਂ ਕੋਈ ਹੁੰਦੀ ਕੁਛ ਇੱਦਾਂ ਸਿਸਟਮ ਸੀ ਕਿ ਗੌਰਮੈਂਟ ਹੁਣ ਉਹ ਜਿਹੜੀ PR ਵਾਲੀ ਆਪਸ਼ਨ ਹਨਾ ਉਹ ਸਾਰਾ ਕੁਛ ਉਹ ਤਾਂ ਉਹਨਾਂ ਨੇ ਵਰਕ ਪਰਮਿਟ ਵਾਲੀ ਆਪਸ਼ਨ ਉਹ ਤਾਂ ਪਹਿਲਾਂ ਪ੍ਰਾਈਵੇਟ ਕਾਲਜਾਂ ਤੋਂ ਖੋਲੀ ਆ ਕੁਛ ਇਵੇਂ ਜੇ ਕਰਕੇ ਸਿਸਟਮ ਆ ਮਤਲਬ ਕਹਿਣ ਦਾ ਭਾਵ ਆ ਕਿ ਸਟੱਡੀ 'ਤੇ ਵੀ ਬੜੇ ਘੱਟ ਚਾਂਸ ਨੇ ਕਿ ਵਿਜ਼ਟਰ ਆ ਕੇ ਸਟੱਡੀ ਕਨਵਰਟ ਕਰਵਾ ਲੈਣਗੇ ਇੱਕ ਤਾਂ ਇਹ ਝਟਕਾ ਦੇ ਤਾ ਅਤੇ ਇੱਕ ਦੋ ਹੋਰ ਚੀਜ਼ਾਂ ਕਰਨ ਡਏ ਆ ਇੱਕ ਮੈਨੂੰ ਲੱਗਦਾ ਉਹਨਾਂ ਨੇ ਉਹ ਵੀ ਕਰਤਾ ਆ ਕਿ ਅੱਗੇ ਹੁਣ ਵੋਟਾਂ ਆਉਣ ਡਈਆਂ ਨੇ ਜਿਹੜੇ ਕੈਨੇਡੀਅਨ ਆ ਇੱਥੋਂ ਦੇ ਉਹ ਰੌਲਾ ਪਾਉਣ ਡਏ ਆ ਕਿ ਅਸੀਂ ਵਿਹਲੇ ਬੈਠੇ ਸਾਡੇ ਜਵਾਕ ਵਿਹਲੇ ਬੈਠੇ ਨੇ ਅਤੇ ਜਿਹੜੇ ਬਾਹਰ ਆ ਕੇ ਆ
ਕਿ ਆ ਜਿਵੇਂ ਟਿਮ ਟੁਮ ਆ ਪਿੱਛੇ ਜਿਹੇ ਮੈਨੂੰ ਤਾਂ ਹੈਸ਼ਟੈਗ ਵੀ ਕਾਫੀ ਚੱਲਿਆ ਸੀ ਬਾਇਕਾਟ ਟਿਮ ਹੌਟ ਐਂਡ ਸੇਵੇ ਸਮਥਿੰਗ ਕੁਛ, ਉਹ ਕਹਿੰਦੇ ਕਿ ਜਿਹੜੇ ਇੰਪਲੋਇਰ ਆ ਇਹ ਕੀ ਕਰਦੇ ਆ ਕਿ ਜਿਹੜੇ ਆ ਬੱਚੇ ਬੁੱਚੇ ਸਟੂਡੈਂਟ ਆਉਂਦੇ ਆ ਉਹਨਾਂ ਨੂੰ ਚਾਰ ਚਾਰ $5-5 ਪੇ ਘੱਟ ਦੇਣ ਡਏ ਆ ਅਤੇ ਉਹਨਾਂ ਨੂੰ ਰੱਖੀ ਜਾਣ ਡਏ ਆ ਟਿਮ ਹੋ ਗਿਆ ਕਿਤੇ ਵੀ ਹੋ ਗਿਆ। ਹੁਣ ਮੈਨੂੰ ਸਰਕਾਰ ਨੇ ਸ਼ਾਇਦ ਮੇ ਬੀ ਪਤਾ ਨਹੀਂ ਪੋਲਿਸੀ ਲੈ ਆਉਂਦੀ ਆ ਕਿ ਲਿਆਉਣੀ ਆ, ਸਿਰਫ ਕਿ ਪਤਾ ਨਹੀਂ ਉਹਦੇ ਵਿੱਚ ਇਹਨਾਂ ਨੇ ਕੋਈ ਪਰਸੈਂਟੇਜ ਰੱਖ ਦੇਣੀ ਹੈ ਕਿ ਸਿਰਫ ਬਾਹਰਲੇ ਜਿਹੜੇ ਬੱਚੇ ਆਉਣਗੇ ਜਿਹੜੇ ਫੋਰਨਰ ਹੋਣਗੇ ਕੈਨੇਡੀਅਨ ਨਹੀਂ ਹੋਣਗੇ, ਸਿਰਫ ਕੁਝ ਪਰਸੈਂਟ ਹੀ ਉਸ ਕੰਪਨੀ ਕਿਸੇ 'ਚ ਕੰਮ ਕਰ ਸਕਣਗੇ, ਬਾਕੀ ਪਤਾ ਨਹੀਂ 70% ਕਿ ਪਤਾ ਨਹੀਂ ਕਿੰਨੇ ਪਰਸੈਂਟ ਕੈਨੇਡੀਅਨ ਇੰਪਲੋਈ ਉਹਦੇ 'ਚ ਹੋਣੇ ਚਾਹੀਦੇ ਕੰਮ ਕਰਦੇ, ਮਤਲਬ ਮੈਜੋਰਿਟੀ ਕੈਨੇਡੀਅਨਸ ਦੀ ਹੋਊਗੀ ਤੇ ਬਾਕੀ ਕੁਝ ਕੁ ਪਰਸੈਂਟ ਜਿਹੜੇ ਆ ਉਹ ਆਪਣੇ ਇੰਡੀਅਨ ਹੋਗੇ ਬਾਹਰ ਕੋਈ ਵੀ ਬਾਹਰ ਆਊਟ ਆਫ ਕੈਨੇਡਾ। ਦੇਖਿਆ ਜਾਵੇ ਕਿਤੇ ਨਾ ਕਿਤੇ ਚਲੋ ਜਿਹੜੀ ਵਿਜ਼ਟਰ ਵਾਲੀ ਆ ਕਈਆਂ ਲਈ ਕਈਆਂ ਨੂੰ ਧੱਕਾ ਵੀ ਲੱਗ ਸਕਦਾ ਪਰ ਕਈਆਂ ਲਈ ਸਹੀ ਵੀ ਆ, ਕਈਆਂ ਨੂੰ ਵਧੀਆ ਲੱਗ ਰਿਹਾ। ਵਧੀਆ ਕਿਉਂ ਲੱਗ ਰਿਹਾ? ਹੁਣ ਜਿਹੜਾ ਇੱਕ ਬੱਚਾ ਸਟੂਡੈਂਟ ਆ ਰਿਹਾ ਸਟੱਡੀ 'ਤੇ ਆ ਰਿਹਾ ਆ ਅਤੇ ਉਹਨੂੰ ਕੰਮ ਨਹੀਂ ਮਿਲ ਰਿਹਾ, ਉਹ ਬੱਚਾ $30,000 'ਚ ਪਤਾ ਨਹੀਂ ਕਿੰਨੇ ਕਿੰਨੇ ਹਜ਼ਾਰ ਡਾਲਰ ਮਤਲਬ ਇੰਡੀਆ ਦੇ ਲੱਖਾਂ ਰੁਪਈਏ ਭਰ ਕੇ ਫੀਸ ਇੱਥੇ ਆ ਰਿਹਾ ਜਿਹੜਾ ਮਤਲਬ ਲੀਗਲ ਕੰਮ ਕਰ ਸਕਦਾ ਹੈ ਨਾ। ਅਤੇ LMIA ਉਹ ਗੌਰਮੈਂਟ ਨੂੰ ਥੋੜ੍ਹੀ ਕੁਛ ਦੇ ਰਹੇ ਆ ਅਤੇ ਉਹ ਤਾਂ ਆਵੇ ਬਸ ਆ ਜਿਹੜੇ ਦੇਸੀ ਇੰਪਲੋਇਰ ਇੰਨੇ ਇੰਨੇ ਪੈਸੇ ਲਈ ਜਾਂਦੇ ਠੱਗੀ ਜਾਣ ਡੇ ਅਤੇ ਇੱਥੇ ਅੱਗੇ ਲਈ ਜਾਂਦੇ ਅਤੇ ਉਹ ਸਟੂਡੈਂਟ ਆ ਉਹਨਾਂ ਲਈ ਔਖਾ ਹੁੰਦਾ ਅੱਗੇ ਅੱਗੇ ਫੀਸਾਂ ਤਾਰਨੀਆਂ ਸਾਰਾ ਕੁਛ ਕਰਨਾ ਅਤੇ ਉਹਨਾਂ ਲਈ ਉਹ ਕਹਿੰਦੇ ਕਿ ਸੌਖਾ ਹੈ ਚੱਲ ਕਿ ਜੇ ਉਹਨਾਂ ਨੂੰ LMIA ਨਹੀਂ ਮਿਲੂਗੀ ਉਹ ਵਰਕ ਪਰਮਿਟ 'ਤੇ ਨਹੀਂ ਆਉਣਗੇ, ਉਹਨਾਂ ਲਈ ਕੰਮ ਘਟੂਗਾ ਸਾਡੇ ਲਈ ਵਧੂਗਾ, ਕਿਸੇ ਲਈ ਐਵੇਂ ਚੰਗਾ ਹੈ ਕਿਸੇ ਲਈ ਘੱਟ ਆ, ਸਾਰਿਆਂ ਨੇ ਆਪੋ ਆਪਣੇ ਉਹ ਆ। ਪਹਿਲਾਂ ਬਸ ਇੰਨਾ ਹੈ, ਇੰਨੀ ਚੀਜ਼ ਹੈਗੀ ਹੈ ਕਿ ਪਹਿਲਾਂ ਇਹ ਸਰਕਾਰ ਨੂੰ ਅੱਖਾਂ ਬੰਦ ਨਹੀਂ ਕਰਨੀਆਂ ਚਾਹੀਦੀਆਂ, ਇਹ ਚੀਜ਼ਾਂ ਪਹਿਲਾਂ ਸੋਚਦੇ, ਹੁਣ ਇੱਥੇ ਆ ਕੇ ਲੋਕਾਂ ਨੂੰ ਇਹ ਚੀਜ਼ਾਂ ਕਰਨ ਡੇ 90% ਕੰਮ ਕਰ ਸਕਦੇ ਆ, ਆਹ ਕਰ ਪਹਿਲਾਂ ਅੰਨੇ ਵਾਂਗੂ ਬੁਲਾ ਲਿਆ ਕਿ ਬਸ ਆ ਜਾਓ ਪੈਸਾ ਇਕੱਠਾ ਕਰ ਲਏ, ਹੁਣ ਕਹਿੰਦੇ ਜਾਓ, ਹੁਣ ਅਗਲੇ ਸਾਲ ਵੋਟਾਂ ਆ ਗਈਆਂ ਨੇ, ਹੁਣ ਇਹਨਾਂ ਨੂੰ ਆਪਣੇ ਕੈਨੇਡੀਅਨ ਦਾ ਚੇਤਾ ਆ ਗਿਆ ਕਿ ਭਾਈ ਸਾਡੇ ਦੇਸ਼ ਦੇ ਸਾਡੇ ਸਿਟੀਜ਼ਨ ਹੈ ਰੋਲ ਡੇ ਔਰ ਰੋਲ ਡੇ ਕਿ ਇਹ ਚੀਜ਼ਾਂ ਨੂੰ ਪਹਿਲਾਂ ਸੋਚਣੀਆਂ ਚਾਹੀਦੀਆਂ ਸੀ, ਸਾਰਾ ਕੁਛ ਚੱਲਣ ਡਿਆ ਆ। ਬਾਕੀ ਦੇਖੋ ਹੁਣ ਹੌਲੀ ਹੌਲੀ PR ਦਾ ਵੀ ਬੜਾ ਕੰਮ ਔਖਾ ਕਰੀ ਜਾਣ ਡੇ, ਅਤੇ ਅੱਗੇ ਇਵੇਂ ਵੀ ਕੁਛ ਸਿਸਟਮ ਹੁੰਦਾ ਸੀ ਕਿ LMIA ਵੀ ਸਾਲ ਦੀ ਵੈਲਿਡ ਕਰਤੀ ਕੁਛ ਇਵੇਂ ਜੋ, ਮੈਨੂੰ ਪ੍ਰੋਪਰ ਨਹੀਂ ਪਤਾ ਅੱਗੇ ਕੀ ਹੁੰਦਾ ਸੀ, LMIA ਪਤਾ ਨਹੀਂ 2 ਸਾਲ ਕਿ 3 ਸਾਲ ਲਈ ਹੁੰਦਾ ਸੀ, ਉਹ LMIA ਦਾ ਜੇ ਆਪਾਂ LMIA ਲੈ ਲਈ ਉਹਦਾ ਮਤਲਬ ਇਹ ਨਹੀਂ ਹੁੰਦਾ ਕਿ ਆਪਾਂ PR ਹੋ ਗਏ, LMIA ਦੇ 350 ਪੁਆਇੰਟ ਮਿਲਦੇ ਆਪਾਂ ਨੂੰ ਜੇ ਆਪਾਂ LMIA ਲੈਂਦੇ ਹਾਂ ਤਾਂ, ਉਹਦੇ 50 ਪੁਆਇੰਟ ਮਿਲਨੇ ਆ ਅਤੇ ਬਾਕੀ ਆਪਣੇ ਐਕਸਪੀਰੀਅੰਸ 'ਤੇ ਡਿਪੈਂਡ ਕਰਦਾ, ਆਪਣੀ ਐਲਸ 'ਤੇ ਡਿਪੈਂਡ ਕਰਦਾ, ਅੱਗੇ ਬੰਦੇ ਕੋਲ ਕੀ ਹੁੰਦਾ ਸੀ ਚੱਲ LMIA ਲੈ ਲਈ 2-3 ਸਾਲ ਦਾ ਟਾਈਮ ਹੁੰਦਾ ਸੀ ਕਿ ਚੱਲ ਬਾਕੀ ਸਾਰਾ ਕੁਛ ਕੀ ਪੁਆਇੰਟ ਪੂਰੇ ਕਰ ਲੂੰ ਮੈਂ, ਫਰੈਂਚ ਸਿੱਖ ਲੂੰ ਮੈਂ, ਆਹ ਹੁਣ ਸਾਲ ਦੇ ਵਿੱਚ ਹੀ ਬੰਦੇ ਨੂੰ ਸਾਰੇ ਕੰਮ ਝਟਕਾਉਣੇ ਪੈਣੇ, ਕਿ LMIA ਦਾ ਮਤਲਬ ਇਹ ਨਹੀਂ ਹੁੰਦਾ, ਬਹੁਤਿਆਂ ਨੂੰ ਵਹਿਮ ਇਹ LMIA ਲੈ ਲਈ ਅਤੇ PR LMIA ਦੇ ਆਪਾਂ ਨੂੰ ਪੁਆਇੰਟ ਮਿਲਦੇ ਆ ਅਤੇ ਪੁਆਇੰਟ ਇਹਨਾਂ ਨੇ ਇੰਨੇ ਕੱਸੇ ਪਏ ਆ, ਬਹੁਤ ਔਖਾ ਹੋਇਆ, ਤੁਸੀਂ ਤੁਹਾਨੂੰ ਪਤਾ ਵੀ ਹੁਣ ਪੱਕਾ ਧਰਨਾ ਚੱਲਣ ਡਿਆ, 70,000 ਕਿ ਕਿੰਨੇ ਹਜ਼ਾਰ ਬੱਚਾ ਜਿਨ੍ਹਾਂ ਦਾ ਵਰਕ ਪਰਮਿਟ ਐਕਸਪਾਇਰ ਹੋਣ ਵਾਲਾ ਆ ਅਤੇ ਐਕਸਟੈਂਸ਼ਨ ਲਈ ਬੈਠੇ ਹੋਏ ਆ ਧਰਨਾ ਲਾ ਕੇ, ਹੁਣ ਦੇਖੋ ਕੀ ਬਣਦਾ ਹੈ ਕੀ ਨਹੀਂ ਬਣਦਾ, ਰੱਬ ਹੀ ਰੱਖਾ। ਜ਼ਿਆਦੀਆਂ ਗਿਆਨ ਦੀਆਂ ਗੱਲਾਂ, ਟਾਪਿਕ ਚੇਂਜ, ਚਲੋ ਵੱਧਦੇ ਹੁਣ ਆਪਾਂ ਆਪਣੇ ਸਫ਼ਰ ਵੱਲ। ਵਾਲੀਏ ਕੁੜੀਏ ਕਾਫੀ ਤੇ ਸਵਾਦ ਬਣਾਈ ਸੀ, ਡਰੀ ਨਾ ਜਾਇਆ ਕਰ, ਮੈਂ ਚੀਜ਼ ਕਹਿਣ ਲੱਗਾ ਜਿਹੜੇ ਪਿੱਛੇ ਨਾ ਆਪਾਂ ਚੀਜ਼ਾਂ ਡਿਸਕਸ ਕੀਤੀਆਂ ਨੇ ਸਾਰੇ ਨੇ ਕਮੈਂਟ ਕਰਕੇ ਆਪਦੀ ਆਪਦੀ ਰਾਏ ਦਿਓ ਕਿ ਤੁਹਾਡਾ ਕੀ ਕਹਿਣਾ ਇਸ ਚੀਜ਼ ਬਾਰੇ।
ਪਿੱਛੇ ਜੇ ਇਹਨਾਂ ਦੇ ਜਿਹੜਾ ਇਹ ਇਮੀਗ੍ਰੇਸ਼ਨ ਮਿਨਿਸਟਰ ਦਾ ਪਤਾ ਨਹੀਂ ਉਹਦਾ ਵੀ ਬਿਆਨ ਆਇਆ ਸੀ, ਕਹਿੰਦਾ ਕਿ ਤੁਸੀਂ ਇੱਥੇ ਸਟੱਡੀ ਕਰਨ ਆਉਂਦੇ ਹਾਂ, ਸਟੱਡੀ ਕਰਕੇ ਮੁੜ ਜਾਓ, ਜਿਹੜਾ ਤੁਸੀਂ ਇੱਥੇ ਆਪਦਾ ਐਕਸਪੀਰੀਅੰਸ ਗੇਨ ਕਰਦੇ ਹਾਂ ਸਟੱਡੀ 'ਚ, ਕੁਛ ਵੀ ਇੱਥੋਂ ਲੈਂਦੇ ਹਾਂ ਉਹ ਵੀ ਆਪਦੇ ਇੰਡੀਆ ਮਤਲਬ ਆਪਦੀ ਹੋਮ ਕੰਟਰੀ ਉੱਥੇ ਉਹਨੂੰ ਕਰੋ ਹੈ ਨਾ, ਆਪਦਾ ਹੁਨਰ ਵਿਖਾਓ ਉਹਨੂੰ, ਡਿਵੈਲਪ ਕਰੋ, ਨਾ ਕਿ ਤੁਸੀਂ ਕੈਨੇਡਾ 'ਚ ਸਟੇ ਕਰੋ। ਮਤਲਬ ਕਿ ਕਿਤੇ ਨਾ ਕਿਤੇ ਹੁਣ ਉਹਨਾਂ ਨੇ ਧੱਕੇ ਮਾਰ ਕੇ ਹੌਲੀ ਹੌਲੀ ਕੱਢਣੇ ਸ਼ੁਰੂ ਕਰ ਰਹੇ ਆ, ਸੋ ਹੌਲੀ ਹੌਲੀ ਸਿਕੰਜਾ ਕੱਸ ਰਹੇ ਆ। ਪਹਿਲਾਂ ਇਹਨਾਂ ਨੇ ਵਰਕ ਪਰਮਿਟ ਉਹ ਪਲੱਸ ਟੂ ਵਾਲੀਆਂ ਕੁੜੀਆਂ ਦੇ ਸਪਾਊਸਾਂ ਲਈ ਬੰਦ ਕਰਤੇ, ਹੋਰ ਪਤਾ ਨਹੀਂ ਕੀ ਕੁਛ ਲਟਰਮ ਪਟਰਮ, ਹੌਲੀ ਹੌਲੀ ਇਹਨਾਂ ਨੂੰ ਪਹਿਲਾਂ ਇਹਨਾਂ ਨੇ ਅੰਨੇ ਵਾਂਗੂ ਬੁਲਾ ਲਿਆ, ਹੁਣ ਇਹਨਾਂ ਨੂੰ ਹੌਲੀ ਹੌਲੀ ਚੇਤਾ ਹੁੰਦੇ ਆ ਕਿ ਸਾਡਾ ਕੰਮ ਵਿਗੜ ਗਿਆ ਆ। ਚਲੋ ਕੋਈ ਨਹੀਂ, ਰੱਬ ਰੱਖ ਹਰੇਕ ਦਾ, ਪਹਿਲਾਂ ਕਰੋ ਕਿਸੇ ਲੋਕਾਂ ਦੇ ਪੈਸੇ ਤਾਂ ਬਚ ਜਾਂਦੇ। ਬਾਬੂ ਭਈਆ ਕਿਵੇਂ, ਇਹ ਵੀ ਗੱਲ ਆ, ਬਸ ਉਹ ਸਿਸਟਮ ਆ, ਕਿਉਂਕਿ ਵੋਟਾਂ ਅਸੀਂ ਨਹੀਂ ਪਾ ਸਕਦੇ, ਸਟੂਡੈਂਟ ਨਹੀਂ ਪਾ ਸਕਦੇ, ਪੀਆਰ ਨਹੀਂ ਪਾ ਸਕਦੇ। ਹਾਂ, ਜੇ ਇਹੀ ਵੋਟਾਂ ਸਟੂਡੈਂਟਸ ਦੇ ਹੱਥ 'ਚ ਹੁੰਦੀਆਂ ਤਾਂ ਫਿਰ ਮੈਂ ਨਹੀਂ ਆ ਸਾਰੇ। ਹਾਂ, ਫਿਰ ਸਾਰੇ ਤੁਸੀਂ ਪਾ ਸਕਦੇ ਆ। ਸਿਟੀਜ਼ਨ ਹੁਣ ਉਹ ਸਿਟੀਜ਼ਨ ਨੂੰ ਖੁਸ਼ ਕਰਨ ਡਿਆ ਆ, ਕਿਉਂਕਿ ਸਿਟੀਜ਼ਨ ਨਾ ਆ ਪਿਛਲੇ ਕੁਝ ਟਾਈਮ ਤੋਂ ਇਮੀਗ੍ਰੇਸ਼ਨ ਵਾਲੇ ਸਿਸਟਮ ਤੋਂ ਨਾ ਬਹੁਤ ਤੰਗ ਹੋਏ ਪਏ ਆ, ਬਹੁਤ ਜ਼ਿਆਦਾ ਤੰਗ ਹੋਏ ਪਏ ਆ। ਆ ਜਿਹੜੇ ਇੱਥੋਂ ਦੇ ਗੋਰੇ ਆ ਨਾ, ਉਹ ਕਿਤੇ ਨਾ ਕਿਤੇ ਸਾਡੀ ਥੋੜੀ ਗਲਤੀ, ਅਸੀਂ ਪੈਸੇ ਦਿੱਤੇ ਆ ਗੌਰਮੈਂਟ ਨੂੰ, ਟੈਕਸ ਦਿੱਤਾ ਆ ਪੜ੍ਹਾਈਆਂ ਦੇ ਖਰਚੇ ਕਰਕੇ ਅਸੀਂ ਇੱਥੇ ਬੈਠੇ ਹਾਂ ਨਾ, ਸੋ ਕਿਤੇ ਨਾ ਉਹ ਕਹਿੰਦੇ ਗੌਰਮੈਂਟ ਨੂੰ ਹੀ ਆ ਕਿਤੇ ਨਾ ਕਿਤੇ। ਬਾਕੀ ਦੇਖੋ ਬਸ ਬਸ ਬਹੁਤ ਹੋਇਆ, ਕਮੈਂਟ ਕਰਕੇ ਜ਼ਰੂਰ ਦੱਸਿਓ ਆਪੋ ਆਪਣੇ ਵਿਚਾਰ। ਬਾਕੀ ਮੈਨੂੰ ਤਾਂ ਐਵੇਂ ਆ ਕਿ ਕਿਤੇ ਨਾ ਕਿਤੇ ਜੇ ਆਪਣੀਆਂ ਕੰਟਰੀਆਂ ਡਿਵੈਲਪ ਹੋ ਜਾਣ, ਆਪਾਂ ਬਹੁਤ ਦਿਮਾਗ ਨੂੰ ਲਾ ਕੇ ਉਧਰਲੇ ਪਾਸੇ ਕਰੀਏ। ਸਹੀ ਕਿਹਾ, ਆਪਦੇ ਦੇਸ਼ ਵਰਗੀ ਰੀਸ ਨਹੀਂ ਹੈਗੀ ਸਾਰੇ, ਕਿ ਜਿਵੇਂ ਜਿਵੇਂ ਆਪਾਂ ਸਾਰੇ ਕੈਨੇਡਾ ਆਈ ਜਾਂਦੇ ਉਵੇਂ ਆਪਣੇ ਆਪਣੇ ਦੇਸ਼ ਦੇ ਵਿੱਚ ਭਈਏ ਆਈ ਜਾਂਦੇ ਆ। ਹੁਣ ਉਹਨਾਂ ਨੇ ਕਬਜ਼ਾ ਉੱਥੇ ਕਰੀ ਜਾਂਦੇ ਜਿਵੇਂ ਆਪਾਂ ਇੱਥੇ ਕਰੀ ਜਾਂਦੇ ਪੰਜਾਬ 'ਚ, ਉਹ ਆਲਰੇਡੀ ਆਪਣੇ ਦੇਸ਼ ਦੇ ਸਨ। ਅੱਛਾ, ਹਾਂ ਸੋਰੀ, ਤੁਸੀਂ ਸੋਚਿਆ ਹੀ ਨਹੀਂ ਹੋਏ ਪੰਜਾਬ ਦੇ ਵਿੱਚ, ਮਤਲਬ ਚਲੋ ਪੰਜਾਬ ਦੇ ਵਿੱਚ ਜਿਵੇਂ ਵੀ ਆ, ਹੁਣ ਹਰ ਥਾਂ ਤੇ ਕੋਈ ਵੀ ਆ ਬਰਗਰ ਬੁਰਗਰ ਹਰ ਥਾਂ, ਉਹ ਹਰ ਥਾਂ ਹੀ ਨੇ ਜਿਵੇਂ ਆਪਾਂ ਇੱਥੇ ਆ। ਮੰਮੀ ਦੇ ਵਿਚਾਰ ਸੁਣਾਓ ਜੀ, ਜਿਹੜੇ ਪਲੱਸ 2 ਵਾਲੇ ਬੱਚੇ ਆਉਂਦੇ ਨੇ ਉਹ ਹੁਣ ਕੀ ਕਰਦੇ? ਥੋੜਾ ਉੱਚ ਬੋਲੇ, ਕਿਵੇਂ ਉਹ ਕਿਵੇਂ ਪੀਅਰ ਲੈ ਲੈਣ ਪਲੱਸ 2 ਨੂੰ ਔਖਾ ਕਰੀ ਜਾਂਦਾ? ਇੱਥੇ ਗ੍ਰੈਜੂਏਸ਼ਨ ਵਾਲਿਆਂ ਦਾ ਕੁਝ ਨਹੀਂ ਬਣਦਾ, ਜਿਹੜੇ ਤੋਂ ਗ੍ਰੈਜੂਏਸ਼ਨ ਕਰਕੇ ਆਉਂਦਾ ਦਿਨੋਂ ਦਿਨ ਪੁਆਇੰਟ ਔਖੇ। ਪਹਿਲਾਂ ਜਨਤਾ ਕੋਲ ਆਪਸ਼ਨ ਹੁੰਦੀ ਸੀ ਕਿ ਕਿਸੇ ਹੋਰ ਥਾਂ ਤੇ ਮੂਵ ਹੋ ਜਾਓ, ਹੁਣ ਉੱਥੇ ਵੀ ਬੰਦ ਕੀਤਾ ਇਹਨਾਂ ਨੇ, ਹਰੇਕ ਥਾਂ ਤੇ ਕੱਸਿਆ ਪਿਆ ਕਿ ਨਹੀਂ ਉੱਥੇ ਪਹਿਲਾਂ ਤੁਹਾਨੂੰ 2-3 ਸਾਲ ਸਟੱਡੀ ਕਰਨੀ ਪੈਣੀ ਆ, ਜਾਂ ਤੁਹਾਡਾ ਕੋਈ ਕਲੋਜ਼ ਰਿਸ਼ਤੇਦਾਰ ਹੋਣਾ ਚਾਹੀਦਾ ਜਿਹਦੇ ਕੋਲ ਤੁਸੀਂ ਮੂਵ ਹੋਣ ਡਏ ਆ, ਫਿਰ ਤੁਹਾਨੂੰ ਇੱਥੋਂ ਦੀ ਪੀਆਰ ਅਪਲਾਈ ਕਰ ਸਕਦੇ। ਬਹੁਤ ਝੰਜਟ ਕਰਦੇ ਨੇ, ਬਹੁਤ ਜ਼ਿਆਦਾ ਔਖਾ ਕਰਤਾ। ਹੁਣ 70,000 ਬੱਚਾ ਵੀ ਥੋੜਾ ਥੋੜੀ ਹੁੰਦਾ, 60 ਮਤਲਬ ਇਹ ਆ ਨਾ, ਪਹਿਲਾਂ ਆਬਾਦੀ ਘੱਟ ਸੀਗੀ, ਹੁਣ ਆਬਾਦੀ ਵਧੀ ਜਾਂਦੀ ਆ ਤੇ ਉਹਨੇ ਰੂਲ ਸਖਤ ਹੋ ਜਾਂਦੇ। 60-70,000 ਬੱਚਾ ਆ, ਤੂੰ ਕਹਿ ਲਾ ਕਿ ਉਹਨਾਂ ਦਾ ਪੀਆਰ ਦਾ ਵਿਚਾਰਾਂ ਦਾ ਕੁਛ ਬਣਿਆ ਹੀ ਨਹੀਂਗਾ, ਕਿ ਵਰਕ ਪਰਮਿਟ ਮੁੱਕਣ ਵਾਲੇ ਆ ਤੇ ਸਕੋਰ ਉਹਨਾਂ ਦੇ ਪੂਰੇ ਨਹੀਂ ਹੋਏ ਤੇ ਹੁਣ ਉਹ ਬਸ ਰਿਮੋਟ ਹੀ ਹੁੰਦੇ ਆ। ਦੇਖੋ ਧਰਨਾ ਲਾ ਕੇ ਬੈਠੇ ਆ, ਕੀ ਬਣਦਾ ਕੀ ਨਹੀਂ ਬਣਦਾ। ਬਾਕੀ ਠੀਕ ਆ, ਲੜਨਾ ਉਹ ਆ ਕਿਉਂਕਿ ਹੁਣ ਬਾਹਰਲੀਆਂ ਕੰਟਰੀਆਂ 'ਚ ਵੀ ਤਾਂ ਚੁੱਕ ਚੁੱਕ ਕੇ ਆ, ਇਹਨਾਂ ਨੂੰ ਸਿੱਧਾ ਰਿਫਿਊਜੀ ਲਾਈ ਜਾਣ ਡਏ ਆ, ਜਿਹੜੇ ਆਹ ਕਰੀ ਜਾਣ ਡਏ ਉਹਨਾਂ ਨੂੰ ਵੀ ਤਾਂ ਦੇਣ ਡਏ ਆ ਨਾ ਸਾਰਾ ਕੁਝ, ਜਿਹੜੇ 'ਚ ਟੈਕਸ ਭਰਨ ਡਏ ਆ, ਪੜ੍ਹਾਈਆਂ ਦੇ ਕਰਨ ਡਏ ਆ, ਪਹਿਲਾਂ ਇਹਨਾਂ ਨੂੰ ਬੁਲਾ ਲਿਆ ਸੁਪਨੇ ਵਿਖਾ ਤੇ। ਸਰਕਾਰ ਨੂੰ ਕਿਹੜਾ ਪਤਾ ਨਹੀਂ ਕਿ ਇੱਥੇ ਆ ਕੇ ਬੱਚੇ ਨੇ ਪੀਆਰ ਹੋਣਾ, ਇਹਨਾਂ ਨੇ ਮੁੜਨਾ ਨਹੀਂ, ਸਾਰਾ ਕੁਝ ਪਤਾ ਹੀ ਆ ਕਿ ਇਹ ਸਟੈਪ ਪਹਿਲਾਂ ਚੱਕ ਦੇ ਕਿ ਕੰਟਰੋਲ 'ਚ ਰੱਖ ਕੇ ਜਿਹਨਾਂ ਨੂੰ ਪੀਆਰ ਕਰਨਾ ਉਹਨਾਂ ਨੂੰ ਪਹਿਲਾਂ ਕਰਨ, ਜਾਂ ਕੁਛ ਵੀ ਚਾਹੇ ਛੱਡ ਯਾਰ, ਬਹੁਤ ਹੋ ਗਿਆ। ਹਾਂ, ਹੈਪੀ ਕੀ ਆ ਯਾਰ, ਯਾਰ ਚਲੋ ਸੰਦੇ ਨਾਲ ਸ਼ੁਰੂ ਕਰ ਦੇ। ਇੱਥੇ ਹਾਈਵੇਆਂ ਦੇ ਔਨ ਰੋਡ ਬਣੇ ਹੁੰਦੇ ਆ, ਲਾਈਕ ਇਹਨੂੰ ਔਨ ਰੋਡ ਕਹਿ ਦਿੰਦੇ, ਸਾਰਾ ਕੁਛ ਹੁੰਦਾ ਆ।
ਬੈਂਕ, ਬਰਗਰ, ਟਿਮ, ਸਟਾਰਬਕ, ਲਟਰਮ ਪਟਰਮ ਸਾਰਾ ਕੁਛ ਹੁੰਦਾ। ਹੁਣ ਇੱਥੇ ਵਾਸ਼ਰੂਮ ਜਾਂਦੇ ਕਾਫੀ ਕੂਫੀ ਫੇਰ ਫੜਦੇ ਆ। ਮੰਮੀ ਨੇ ਕੈਨੇਡਾ ਦੇ ਟਿਮ ਦੀ ਪਹਿਲੀ ਚਾਹ ਪੀਤੀ, ਕਿਵੇਂ ਲੱਗੀ ਮੰਮੀ ਚਾਹ? ਤੇ ਉਦੋਂ ਦਾ ਐਵੇਂ ਥੋੜੀ ਜ਼ੋਰ ਲਾਉਣ ਡੇ ਟਿਮ ਵਾਲੇ, ਉਹ ਭਾਈ ਗਰਮ ਦਿਆ ਕਰੋ। ਭਈਆ ਮੰਮੀ ਦੀ ਨਾ ਸਭ ਤੋਂ ਭੈੜੀ ਟੌਫੀ ਹੈ ਜਿਹੜੀ ਮੰਮੀ ਨੂੰ ਪਸੰਦ ਨਹੀਂ ਤੇ ਮੈਂ ਖਵਾ ਕੇ ਹਟਣੀ ਆ, ਮੈਂ ਕੱਢ ਤੇ ਹਮੇਸ਼ਾ ਮੈਂ ਮੰਮੀ ਨੂੰ ਖਵਾ ਕੇ ਹਟਦੀ ਆ। ਕੋਈ ਨੀ, ਜਦੋਂ ਤੁਸੀਂ ਮੂੰਹ ਖੋਲਿਆ ਜਾਊਗੀ ਬਈ। ਲੋਕੀ ਡਰ ਗਏ ਨੇ, ਖਵਾ ਕੇ ਛੱਡਣੀ ਅੱਜ ਮੈਂ ਤੇ ਪੈਰ ਧੋ ਧੋ ਪੀਊਂਗੀ ਜੇ ਤੁਸੀਂ ਜੇ ਤੁਸੀਂ ਖਵਾਤੀ ਪੈਰ ਧੋ ਧੋ ਪੀਊ ਆਪਣੇ ਜ਼ਹਿਰ ਦੇ ਮੈਂ ਜ਼ਹਿਰ ਖਾ ਜੂ ਜ਼ਹਿਰ ਦੇ ਉਹ ਖਾਣ ਪਰ ਆਹ ਨੀ ਮੇਰੀ ਬੇਇੱਜ਼ਤੀ ਹੋ ਜਾਣੀ ਸਾਰੀ ਵੇਖ ਲੋ ਨਹੀਂ ਐ ਨੀ ਸਾਰੇ ਸਾਹਮਣੇ ਖਾਓ। ਮੈਂ ਪਾਈ ਹੁਣ ਉਹ ਕੀ ਖਾਈ ਆ, ਕਿੱਥੇ ਖਾਦੀ? ਨਹੀਂ ਖਾਦੀ, ਕਿਉਂ ਨਹੀਂ ਖਾਦੀ? ਅੱਛਾ ਸਾਰਿਆਂ ਨੂੰ ਵਿਖਾਓ ਤੇ ਸਹੀ ਕਿਵੇਂ ਦੀ ਲੱਗਦੀ ਆ। ਨਵਦੀਪ ਹੁਣੀ ਗਏ ਹੋਏ ਨੇ, ਮਤਲਬ ਸਾਡੇ ਰਿਸ਼ਤੇਦਾਰਾਂ ਚੋਂ ਜਾਣਾ ਸੀ ਕਿਸੇ ਨੇ, ਇੰਡੀਆ ਨੂੰ ਜਾਣਾ ਸੀ, ਅਸੀਂ ਉਹਨਾਂ ਨੂੰ ਲੈਣ ਗਏ ਸੀ, ਉਹਨਾਂ ਨੂੰ ਛੱਡਣ ਆਏ ਸੀ, ਤੇ ਨਵਦੀਪ ਹੁਣੀ ਗਏ ਹੋਏ ਨੇ ਅੰਦਰ, ਮੈਂ ਬਾਹਰ ਗੱਡੀ ਕੋਈ ਖੜਾ, ਕਿਉਂਕਿ ਅਸੀਂ ਆਲਰੇਡੀ ਥੋੜ੍ਹਾ ਜਿਹਾ ਲੇਟ ਹੋ ਚੁੱਕੇ ਸੀ, ਪਾਰਕਿੰਗ ਪੂਰਕਿੰਗ ਵਾਲੇ ਚੱਕਰ 'ਚ ਪੈਂਦੇ, ਇੰਨਾ ਕੁ ਜ਼ਿਆਦਾ ਰਸ਼ ਆ ਕੋਈ ਹਿਸਾਬ ਨਹੀਂ, ਤਾਂ ਅਸੀਂ ਹੋਰ ਲੇਟ ਹੋ ਜਾਣਾ। ਮੈਂ ਦਿਖਾਉਂਦਾ, ਰਸ਼ ਚੈੱਕ ਕਰੋ, ਬਹੁਤ ਜ਼ਿਆਦਾ ਰਸ਼ ਆ, ਬਹੁਤ ਜ਼ਿਆਦਾ। ਖੇਤੀ ਕਰਦੇ ਹਾਂ ਵਲੌਗ ਦਾ ਐਂਡ, ਚਾਬੀ ਤੁਹਾਡੇ ਕੋਲ ਨਹੀਂ? ਹਾਂ, ਮੈਨੂੰ ਪਤਾ ਹੈ ਵੀ ਅੱਜ ਕੋਈ ਨਹੀਂ ਵਲੌਗ ਵਲੂਗ ਬਣਾਇਆ, ਤਾਂ ਸਾਡਾ ਸਫ਼ਰ 'ਚ ਹੀ ਲੰਘ ਗਿਆ ਸਾਰਾ ਟਾਈਮ, ਬਸ ਜੋ ਵੀ ਹੈ ਯਾਰ ਜਿਵੇਂ ਵੀ ਇਹ ਵਲੌਗ ਪੈ ਜੂਗਾ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਅਤੇ ਸਬਸਕ੍ਰਾਈਬ ਸਬਸਕ੍ਰਾਈਬ ਕਰ ਲਿਓ। ਆਹੋ, ਅਤੇ ਨਾਮ ਵੀ ਬੁਲਟ ਸ਼ਾਰਟਸ ਵਾਲੇ, ਤਾਂ ਯਾਰ ਮਾਰ ਕੇ ਰਹਿ ਗਿਆ ਮੈਨੂੰ ਤਾਂ ਲੱਖ ਹੋਣ 'ਚ। ਮੰਮੀ ਨੌਮੀ ਦੀਆਂ ਸਹੇਲੀਆਂ ਆਉਂਦੀਆਂ, ਦੂਰੇ ਵੱਜ ਮਾਰ ਲਾ ਧੀ ਆ ਜਾ ਕਹਿੰਦੀਆਂ, ਇੱਧਰ ਹੀ ਸਿੱਧੀਆਂ ਆ ਜਾ, ਘਰੇ ਤਾਂ ਜਾ ਲੈਂਦਾ ਜਵਾਕੜੀ ਨੂੰ। ਚਲੋ ਠੀਕ ਆ ਭਾਈ, ਮਿਲਦੇ ਹਾਂ ਨਵੇਂ ਵਲੌਗ 'ਚ, ਅਤੇ ਮੇਕ ਸ਼ੋਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖਿਓ ਭਾਈ ਸਾਰਿਆਂ ਨੇ, ਜਿਹਨਾਂ ਜਿਹਨਾਂ ਨਹੀਂ ਕੀਤਾ। ਅਤੇ ਉਹ ਹਾਂ ਨਾ, ਮੈਂ ਇਹ ਕਹਿੰਦਾ ਸੀ ਉੱਤੇ ਦੀ ਭਲੀ ਹੋ ਜਾਵੇ, ਨਾ ਮੈਂ ਭੁੱਲੇ ਸ਼ਾਰਟਸ ਵਾਲਾ ਚੈਨਲ ਜ਼ਰੂਰ ਕਰ ਲਿਓ ਸਬਸਕ੍ਰਾਈਬ ਸਾਰਿਆਂ, ਬਾਏ।